ਜੀ ਸਤਿ ਸ਼੍ਰੀ ਅਕਾਲ। ਸਾਡੇ ਕਈ ਸਟੂਡੈਂਟਸ ਦਾ ਫੋਨ ਆ ਰਿਹਾ, ਸਾਨੂੰ ਮੈਸੇਜਸ ਆ ਰਹੇ ਨੇ। ਉਹ ਪੁੱਛ ਰਹੇ ਨੇ ਕਿ ਜੀ ਪੀਟੀ ਦੇ ਵਿੱਚ ਕੁਝ ਚੇਂਜਸ ਹੋ ਰਹੇ ਨੇ, ਪੀਟੀ ਐਗਜ਼ਾਮ ਦੇ ਵਿੱਚ ਕੁਝ ਚੇਂਜਸ ਹੋ ਰਹੇ ਹਨ ਮੈਮ, ਅਸੀਂ ਕਰ ਪਾਵਾਂਗੇ ਕਿ ਨਹੀਂ। ਤਾਂ ਮੈਂ ਉਹਦੇ ਬਾਰੇ ਤੁਹਾਡਾ ਮਾਈਂਡ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਸਟੂਡੈਂਟਸ 11 ਦਸੰਬਰ ਤੋਂ ਲੈ ਕੇ ਜਨਵਰੀ 2024 ਦੇ ਐਂਡ ਤੱਕ ਐਗਜ਼ਾਮ ਦੇ ਰਹੇ ਨੇ ਪੀਟੀ ਦਾ, ਉਹਦੇ ਵਿੱਚ ਜੀ ਪੀਟੀਏ ਅਕੈਡਮਿਕ ਨੇ ਕੁਝ ਨਿਊ ਟ੍ਰਾਇਲ ਕੁਐਸਚਨਸ ਐਡ ਕੀਤੇ ਨੇ ਸਪੀਕਿੰਗ ਸੈਕਸ਼ਨ ਦੇ ਵਿੱਚ। ਇੱਕ ਜਾਂ ਦੋ ਕੁਐਸਚਨ ਦੇ ਵਿੱਚ ਆਉਣਗੇ, ਇੱਕ ਵੀ ਹੋ ਸਕਦਾ, ਦੋ ਵੀ ਹੋ ਸਕਦੇ। ਕੁਐਸਚਨਸ ਕੀ ਹੋਣਗੇ? ਲਾਈਕ ਰਿਸਪੋਂਡ ਕਰਨਾ ਹੈ ਤੁਸੀਂ ਕਿਸੇ ਸਿਚੁਏਸ਼ਨ ਨੂੰ, ਉਹ ਸਿਚੁਏਸ਼ਨ ਦੇ ਵਿੱਚ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਊਗਾ, ਸਪੀਕਿੰਗ ਦੇ ਵਿੱਚ ਹੋਊਗਾ, ਤੇ ਤੁਹਾਨੂੰ ਰੀਡ ਵੀ ਕਰਨਾ ਮਿਲੂਗਾ। ਤੁਸੀਂ ਲਿਸਨ ਕਰਨਾ ਹੈਗਾ ਤੇ ਰੀਡ ਵੀ ਕਰਨਾ ਤੁਸੀਂ। ਉਹਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਵੀ ਲਾਈਕ ਕੋਈ ਸਿਚੁਏਸ਼ਨ ਕ੍ਰੀਏਟ ਕੀਤੀ ਜਾਊਗੀ, ਵੀ ਤੁਸੀਂ ਮੰਨ ਲਓ ਤੁਸੀਂ ਲੇਟ ਹੋ ਗਏ ਕਲਾਸ ਦੇ ਵਿੱਚ, ਤੇ ਤੁਸੀਂ ਆਪਣੇ ਪ੍ਰੋਫੈਸਰ ਨੂੰ ਕਿਵੇਂ ਆਪਦੇ ਆਪ ਨੂੰ ਡਿਫੈਂਡ ਕਰੋਗੇ, ਕੀ ਕਹੋਗੇ, ਤਾਂ ਤੁਸੀਂ ਰਿਸਪੋਂਡ ਕਰਨਾ ਜੀ। ਠੀਕ ਹੈ। ਦੂਸਰਾ ਕੁਐਸਚਨ ਟਾਈਪ ਕੀ ਹੈਗਾ ਕਿ ਸਮਰਾਈਜ਼ ਕਰਨਾ ਤੁਸੀਂ ਡਿਸਕਸ਼ਨ ਨੂੰ, ਡਿਸਕਸ਼ਨ ਨੂੰ ਸਮਰਾਈਜ਼ ਕਰਨਾ। ਦੋ ਜਾਂ ਤਿੰਨ ਲੋਕ ਆਪਸ 'ਚ ਗੱਲਾਂ ਕਰਨਗੇ ਤੇ ਉਹ ਜੋ ਡਿਸਕਸ਼ਨ ਕਰ ਰਹੇ ਹੋਣਗੇ ਉਹਨਾਂ ਨੂੰ ਤੁਸੀਂ ਸਮਰਾਈਜ਼ ਕਰਨਾ। ਜਿਵੇਂ ਆਪਣੇ ਲਿਸਨਿੰਗ ਦੇ ਵਿੱਚ ਸਮਰਾਈਜ਼ ਸਪੋਕਨ ਟੈਕਸਟ ਹੁੰਦਾ ਨਾ, ਉਹਦੇ ਵਿੱਚ ਇੱਕ ਜਣਾ ਬੋਲਦਾ, ਉਹ ਉਸਨੂੰ ਤੁਸੀਂ ਲਿਸਨ ਕਰਕੇ ਲਿਖਣਾ ਹੁੰਦਾ ਹੈਗਾ। ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਤਿੰਨ ਲੋਕ ਆਪਸ 'ਚ ਗੱਲਾਂ ਕਰ ਰਹੇ ਹੋਣਗੇ ਤੇ ਉਸ ਡਿਸਕਸ਼ਨ ਦਾ ਤੁਸੀਂ ਇੱਕ ਸਮਰਾਈਜ਼ ਕਰਨਾ ਹੈਗਾ। ਠੀਕ ਹੈ। ਇਹ ਕੁਐਸਚਨਸ ਨੂੰ ਅਟੈਂਪਟ ਕਰਨਾ ਜ਼ਰੂਰੀ ਹੈ ਕਿ ਨਹੀਂ, ਇਹਦੇ ਬਾਰੇ ਗੱਲ ਕਰਦੇ ਹਾਂ। ਦੇਖੋ, ਅਟੈਂਪਟ ਕਰਨਾ ਜ਼ਰੂਰੀ ਨਹੀਂ ਵੀ ਹੈਗਾ, ਤੇ ਜੇ ਤੁਸੀਂ ਕਰੋਗੇ ਤਾਂ ਇਟਸ ਬੈਟਰ ਫॉर ਯੂ, ਕਿਉਂਕਿ ਇਹਦੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ, ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਤੇ ਦੋ ਕੁਐਸਚਨਸ ਹੈ ਜਿਹੜੇ ਕਿ ਟ੍ਰਾਇਲ ਕੁਐਸਚਨਸ ਐਡ ਹੋ ਰਹੇ ਨੇਗੇ, ਤੇ ਇੱਕ ਵੀ ਆ ਸਕਦਾ, ਦੋ ਵੀ ਆ ਸਕਦੇ ਆ ਜੀ। ਤੇ ਇਸ ਚੀਜ਼ ਨੂੰ ਕਲੀਅਰ ਕਰ ਲਓ। ਜੇ ਤੁਸੀਂ ਇਹਨੂੰ ਰਿਸਪੋਂਡ ਕਰਕੇ ਆਓਗੇ ਤਾਂ ਇਟ ਵਿਲ ਬੀ ਬੈਟਰ, ਕਿਉਂਕਿ ਉਹ ਟੈਸਟ ਕਰ ਰਹੇ ਨੇਗੇ ਕਿ ਇਹ ਕੁਐਸਚਨਸ ਕਿਵੇਂ ਵਰਕ ਕਰਨਗੇ ਸਾਡੇ ਪੀਟੀਏ ਐਗਜ਼ਾਮ ਦੇ ਵਿੱਚ। ਤੇ ਇਹ ਜਿਹੜੇ ਕੁਐਸਚਨਸ ਆ ਪੀਟੀ ਅਕੈਡਮਿਕ ਜਿਹੜੇ ਦੇ ਰਹੇ ਨੇ ਉਹਨਾਂ ਨੂੰ ਵੀ ਆਣਗੇ, ਤੇ ਪੀਟੀਈ ਅਕੈਡਮਿਕ UKVI ਦੇ ਵਿੱਚ ਵੀ ਐਡ ਹੋਏ ਜੀ। ਠੀਕ ਹੈ। ਤੇ ਇਹ ਟਾਈਮ ਪੀਰੀਅਡ ਕੀ ਹੈ ਆਪਣਾ, 11 ਦਸੰਬਰ ਤੋਂ ਬਾਈ ਦੀ ਐਂਡ ਆਫ ਜਨਵਰੀ 2024 ਦੇ ਵਿੱਚ ਇਹ ਐਡ ਹੋ ਰਿਹਾ ਹੈਗਾ। ਜਿਹੜਾ ਰਿਸਪੋਂਡ ਟੂ ਅ ਸਿਚੁਏਸ਼ਨ ਜਿਹੜਾ ਕੁਐਸਚਨ ਹੈਗਾ, ਇਹਦੇ ਵਿੱਚ 10 ਸੈਕਿੰਡਸ ਤੁਹਾਨੂੰ ਪ੍ਰਿਪੇਅਰ ਕਰਨ ਨੂੰ ਮਿਲਣਗੇ, ਤੇ 40 ਸੈਕਿੰਡਸ ਦੇ ਵਿੱਚ ਤੁਸੀਂ ਬੋਲਣਾ ਹੋਊਗਾ ਜੀ ਆਪਣੇ ਰਿਸਪੋਂਸ ਨੂੰ। ਤੇ ਜਿਹੜਾ ਸੈਕਿੰਡ ਕੁਐਸਚਨ ਹੋਊਗਾ ਸਮਰਾਈਜ਼ ਗਰੁੱਪ ਡਿਸਕਸ਼ਨ, ਇਹਦੇ ਵਿੱਚ 10 ਸੈਕਿੰਡਸ ਪ੍ਰਿਪੇਅਰ ਕਰਨ ਨੂੰ ਮਿਲਣਗੇ, ਤੇ 2 ਮਿੰਟ ਦੇ ਵਿੱਚ ਤੁਸੀਂ ਉਸ ਡਿਸਕਸ਼ਨ ਨੂੰ ਸਮਰਾਈਜ਼ ਕਰਨਾ ਹੋਊਗਾ। ਆਈ ਹੋਪ ਇਹ ਇਨਫੋਰਮੇਸ਼ਨ ਤੁਹਾਨੂੰ ਯੂਸਫੁਲ ਲੱਗੀ ਹੋਊਗੀ। ਜੇ ਯੂਸਫੁਲ ਲੱਗੀ ਹੋਵੇ ਤਾਂ ਇਸ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਥੈਂਕ ਯੂ।